ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਹੈਲੋ ਸਟੂਡੈਂਟਸ ਸਾਡੇ ਕੋਲ ਅੱਜ ਦਾ ਕੁਐਸਚਨ ਹੈਗਾ ਕਹਿੰਦਾ ਵਿਚ ਆਫ ਦਾ ਫੋਲੋਇੰਗ ਨੰਬਰਸ ਆਰ ਕੋਪ੍ਰਾਈਮ 30 ਐਂਡ 415 ਦੇ ਵਿੱਚੋਂ ਅਸੀਂ ਦੱਸਣਾ ਕਿ ਕਿਹੜੇ ਜੋ ਨੰਬਰ ਹੈ ਉਹ ਕੋਪ੍ਰਾਈਮ ਨੰਬਰਸ ਹਨ ਸੋ ਸੋਲੂਸ਼ਨ ਚੈੱਕ ਕਰਦੇ ਹਾਂ ਕੋਪ੍ਰਾਈਮ ਨੰਬਰ ਸਾਡੇ ਕੋਲ ਕਿਹੜੇ ਹੁੰਦੇ ਆ ਕੋਪ੍ਰਾਈਮ ਨੰਬਰ ਉਹ ਹੁੰਦੇ ਆ ਸਾਡੇ ਕੋਲ ਜਿਨ੍ਹਾਂ ਦਾ ਕਾਮਨ ਫੈਕਟਰ ਕੀ ਹੁੰਦਾ ਕਾਮਨ ਫੈਕਟਰ 1 ਹੁੰਦਾ ਠੀਕ ਹੈ ਜੀ ਉਹ ਸਾਡੇ ਕੋਲ ਕੀ ਹੁੰਨੇ ਆ ਕੋਪ੍ਰਾਈਮ ਨੰਬਰਸ ਸੋ ਹੁਣ ਅਸੀਂ 30 ਐਂਡ 415 ਦੇ ਫੈਕਟਰਸ ਚੈੱਕ ਕਰਾਂਗੇ ਕਿ ਕੀ ਕੀ ਫੈਕਟਰ ਸਾਡੇ ਕੋਲ ਆਉਂਦੇ ਆ ਸੋ ਪਹਿਲਾਂ 30 ਦੇ ਚੈੱਕ ਕਰਦੇ ਆ 30 ਇੱਕ ਤਾਂ ਆਉਂਦਾ 1 30 30 ਦੇ ਉੱਤੇ ਇੱਕ 30 ਸਾਡੇ ਕੋਲ ਆਉਂਦਾ 2 15 ਇੱਕ 30 ਸਾਡੇ ਕੋਲ ਆਉਂਦਾ 3 10 ਇੱਕ 30 ਸਾਡੇ ਕੋਲ ਆਉਂਦਾ 5 6 ਦਾ 30 ਔਰ ਇੱਕ ਇੱਕ 30 ਸਾਡੇ ਕੋਲ ਆਉਂਦਾ 6 5 ਦਾ 30 ਸੋ ਇਹ ਸਾਡੇ ਕੋਲ 30 ਦੇ ਫੈਕਟਰਸ ਆ ਗਏ 1 2 3 5 6 ਐਂਡ 30 15 10 6 5 ਇਹ ਸਾਡੇ ਕੋਲ ਕੀ ਆ ਗਿਆ 30 ਦੇ ਫੈਕਟਰਸ ਆ ਗਏ ਸੋ so, ਹੁਣ 415 ਦੇ ਫੈਕਟਰਸ ਚੈੱਕ ਕਰਦੇ ਆਂ ਫਸਟ ਆਫ ਆਲ 415 ਸਾਨੂੰ ਸਾਡੇ ਕੋਲ ਹੁੰਦਾ 1 ਇੰਟੂ 415 है, 415 ਇਹ ਸਾਡੇ ਕੋਲ ਫੈਕਟਰ ਆ ਰਿਹਾ 1 ਦੂਸਰਾ 5 ਇੰਟੂ 83 ਸਾਡੇ ਕੋਲ ਹੁੰਦਾ 415 ਇੱਕ ਸਾਡੇ ਕੋਲ ਹੁੰਦਾ 83 ਇੰਟੂ 5 415 ਠੀਕ ਹੈ ਜੀ ਇਹ ਸਾਡੇ ਕੋਲ ਫੈਕਟਰਸ ਆ ਗਏ 415 ਦੇ ਇਸ ਤੋਂ ਇਲਾਵਾ 415 ਹੋਰ ਕਿਸੇ ਟੇਬਲ ਤੇ ਨਹੀਂ ਆਉਂਦਾ ਸੋ ਹੁਣ ਇਹਨਾਂ ਦੇ ਕਾਮਨ ਫੈਕਟਰਸ ਜੋ ਸਾਡੇ ਕੋਲ ਚੈੱਕ ਕਰਦੇ ਆਂ 30 ਦੇ ਜੋ ਫੈਕਟਰਸ ਆ ਸਾਡੇ ਕੋਲ ਟੋਟਲ ਇਹ 30 ਦੇ ਕਾਮਨ ਫੈਕਟਰਸ ਆ ਗਏ 1 2 3 5 6 10 15 ਐਂਡ 30 ਐਂਡ 415 ਦੇ ਫੈਕਟਰਸ ਆ 1 5 83 ਐਂਡ 415 ਠੀਕ ਹੈ ਜੀ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਕਾਮਨ ਫੈਕਟਰ ਅਸੀਂ ਚੈੱਕ ਕਰਾਂਗੇ ਕਾਮਨ ਫੈਕਟਰ ਕਿਹੜੇ ਆ ਕਾਮਨ ਫੈਕਟਰ ਇੱਕ 1 ਸਾਡੇ ਕੋਲ 30 ਦਾ ਫੈਕਟਰ ਵੀ ਆ ਰਿਹਾ ਇੱਕ 415 ਦਾ ਫੈਕਟਰ ਵੀ ਆ ਰਿਹਾ ਦੂਸਰਾ ਸਾਡੇ ਕੋਲ ਕਾਮਨ ਫੈਕਟਰ ਕੀ ਆ ਰਿਹਾ 5 ਦੂਸਰਾ ਕਾਮਨ ਫੈਕਟਰ ਆ ਰਿਹਾ ਸਾਡੇ ਕੋਲ ਸੋ ਸਾਡੇ ਕੋਲ ਕਾਮਨ ਫੈਕਟਰ ਜੋ ਹੈ ਕਾਮਨ ਫੈਕਟਰਸ ਆ ਗਏ 1 ਕ 5 ਸੋ ਹੁਣ ਸਾਡੇ ਕੋਲ 1 ਕ 5 ਦੋ ਕਾਮਨ ਫੈਕਟਰਸ ਆ ਗਏ ਬਟ ਕੋ ਪ੍ਰਾਈਮ ਨੰਬਰਸ ਦੀ ਜੋ ਡੈਫੀਨੇਸ਼ਨ ਹੈ ਸਾਨੂੰ ਦੱਸਦੀ ਹੈ ਕਿ 1 ਤੋਂ ਇਲਾਵਾ ਅਗਰ ਹੋਰ ਕੋਈ ਕਾਮਨ ਫੈਕਟਰ ਹੁੰਦਾ ਹੈ ਤਾਂ ਉਹ ਨੰਬਰ ਕੀ ਹੁੰਦਾ ਕੋ ਪ੍ਰਾਈਮ ਨੰਬਰ ਨਹੀਂ ਹੁੰਦਾ ਸੋ ਕਾਮਨ ਫੈਕਟਰ ਸਿਰਫ 1 ਹੀ ਹੋਣਾ ਚਾਹੀਦਾ ਸੋ ਇਹ ਵਾਲਾ ਨੰਬਰ ਕੋ ਪ੍ਰਾਈਮ ਨੰਬਰ ਨਹੀਂ ਹੈ ਨਾਟ ਅ ਕੋ ਪ੍ਰਾਈਮ ਨੰਬਰ